ਦੱਸਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਪਰ ਕਿ ਕਿਸਾਨਾਂ ਦਾ ਕਾਫਲਾ ਜਿਹੜਾ ਸਰਵਣ ਸਿੰਘ ਭੰਦੇਰ ਹੁਣੀ ਅੱਗੇ ਅਗਵਾਈ ਕਰਦੇ ਹੋਏ ਜਾ ਰਹੇ ਨੇ ਔਰ ਪਿੱਛੇ ਪਿੱਛੇ ਜਿਹੜਾ ਦੇਖੋਗੇ ਤੁਸੀਂ ਕਿਸਾਨਾਂ ਦੇ ਕਾਫਲੇ ਕੂਚ ਕਰ ਰਹੇ ਨੇ ਦਿੱਲੀ ਜਾਂਦੇ ਹੋਏ ਨਜ਼ਰ ਆ ਰਹੇ ਆ ਕਿਸਾਨ ਔਰ ਇਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਕੇ ਦੇ ਉੱਪਰ ਮਾਹੌਲ ਕੀ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਰਵਾਨਗੀ ਲੈ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਾਂਦੇ ਹੋਏ ਨਜ਼ਰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਦੇ ਹੋਏ ਨਜ਼ਰ ਆ ਰਹੇ ਆ ਤਾਂ ਸਿੱਧੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਪਰ ਕਿਸਾਨਾਂ ਦੇ ਅੰਦੋਲਨ ਦੀ ਕਿਸਾਨ ਫਿਰ ਪਹੁੰਚ ਰਹੇ ਨੇ ਦਿੱਲੀ ਮੋਰਚਾ ਲੱਗਿਆ ਹੈ ਔਰ ਇਹ ਤਸਵੀਰ ਜਿਹੜੀ ਹੈ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਪਹੁੰਚੇ ਹੋਏ ਆ ਔਰ ਇਹ ਕਾਫਲੇ ਹੁਣ ਸੈਂਕੜੇ ਗੱਡੀਆਂ ਦੇ ਅਤੇ ਹਜ਼ਾਰਾਂ ਟਰੈਕਟਰਾਂ ਦੇ ਇਹ ਕਾਫਲੇ ਜਿਹੜੇ ਆ ਇਹ ਸ਼ੰਭੂ ਬਾਰਡਰ ਜਾ ਰਹੇ ਆ ਜਿੱਥੋਂ ਦੀ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਆਖਿਰਕਾਰ ਸ਼ੰਭੂ ਬਾਰਡਰ ਦਾ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਚੱਲੀ ਕੀ ਜਾਂਦਾ ਸਿੱਧੀ ਤਸਵੀਰ ਲਗਾਤਾਰ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਮੌਕੇ ਦੇ ਉੱਪਰ ਚੱਲੀ ਕੀ ਜਾਂਦਾ ਮੌਕੇ ਦੇ ਉੱਪਰ ਮਾਹੌਲ ਕੀ ਹੈ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਤਾਂ ਸ਼ੰਭੂ ਬਾਰਡਰ ਦੇ ਉੱਪਰ ਤਕਰਾਰ ਹੋਣ ਦਾ ਖਦਸ਼ਾ ਕਿਉਂਕਿ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਸਰਕਾਰ ਨੇ ਤਕੜੀ ਬੈਰੀਕੇਟਿੰਗ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਹੈ ਜ਼ਬਰਦਸਤ ਬੈਰੀਕੇਟਿੰਗ ਕਰਕੇ ਹਰਿਆਣਾ ਸਰਕਾਰ ਨੇ ਕਿਹਾ ਕਿ ਅਸੀਂ ਰੋਕਾਂਗੇ ਅਸੀਂ ਜਾਣ ਨਹੀਂ ਦੇਵਾਂਗੇ ਪਰ ਇਹ ਇੰਤਜ਼ਾਮ ਦੇਖ ਸਕਦੇ ਹੋ ਤੁਸੀਂ ਤਾਂ ਲਗਾਤਾਰ ਅਗਵਾਈ ਕਰ ਰਹੇ ਨੇ ਸਰਵਣ ਸਿੰਘ ਭੰਦੇਰ ਦੇਖ ਸਕਦੇ ਹੋ ਤੁਸੀਂ ਸਰਵਣ ਸਿੰਘ ਭੰਦੇਰ ਅਗਵਾਈ ਕਰ ਰਹੇ ਨੇ ਇਸ ਅੰਦੋਲਨ ਦੀ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਤਾਂ ਮੋਰਚਾ ਚੱਲਿਆ ਹੈ ਕਿਸਾਨ ਅੰਦੋਲਨ ਦੀ ਫਿਰ ਤੋਂ ਸ਼ੁਰੂਆਤ ਹੋ ਗਈ ਹੈ ਸਰਵਣ ਸਿੰਘ ਭੰਦੇਰ ਹੁਣਾਂ ਨੂੰ ਦੇਖ ਰਹੇ ਹੋ ਪਿੱਛੇ ਹੋਰ ਵੀ ਹਜ਼ਾਰਾਂ ਗੱਡੀਆਂ ਦਾ ਹਜ਼ਾਰਾਂ ਟਰੈਕਟਰਾਂ ਦਾ ਕਾਫਲਾ ਜਿਹੜਾ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸੇ ਤਰੀਕੇ ਦੇ ਨਾਲ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਮੋਰਚਾ ਫਤਿਹ ਕਰਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਰਾਈਟਸ ਨੂੰ ਲੈ ਕੇ ਅਸੀਂ ਆਪਣੇ ਹੱਕਾਂ ਨੂੰ ਲੈ ਕੇ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਤਾਂ ਇਹਨਾਂ ਗੱਡੀਆਂ ਦੇ ਪਿੱਛੇ ਫਿਰ ਹਜ਼ਾਰਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਨੇ ਤਾਂ MSP ਦੀ ਗਰੰਟੀ ਸਮੇਤ ਵੱਖ ਵੱਖ ਮੰਗਾਂ ਨੇ ਕਿਸਾਨਾਂ ਦੀਆਂ ਕਿ ਦਿੱਲੀ ਧਰਨੇ ਦੌਰਾਨ ਜਦੋਂ ਪਰਚੇ ਹੋਏ ਕਿਸਾਨਾਂ ਦੇ ਉੱਪਰ ਤਾਂ ਉਹ ਪਰਚੇ ਵੀ ਜਿਹੜੇ ਆ ਉਹ ਰੱਦ ਕੀਤੇ ਜਾਣ ਬਿਜਲੀ ਸਮਝੌਤਿਆਂ ਨੂੰ ਲੈ ਕੇ ਔਰ ਹੋਰ ਵੀ ਵੱਖ ਵੱਖ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਜਿਹੜਾ ਉਹ ਚੱਲਦਾ ਰਿਹਾ ਔਰ ਹੁਣ ਇਹ ਡਿਮਾਂਡ ਆ ਕਿ ਤਮਾਮ ਮੰਗਾਂ ਸਾਡੀਆਂ ਮੰਨੀਆਂ ਜਾਣ ਤਾਂ ਦੋ ਮੀਟਿੰਗਾਂ ਹੋਈਆਂ ਦੋ ਵਾਰ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲਦਾ ਹੋਇਆ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਫਿਰ ਆਖਿਰਕਾਰ ਇਹ ਫੈਸਲਾ ਲੈਣਾ ਪਿਆ ਕਿਸਾਨਾਂ ਨੂੰ ਔਰ ਕਿਸਾਨ ਹੁਣ ਜਾ ਰਹੇ ਨੇ ਕਰ ਰਹੇ ਨੇ ਦਿੱਲੀ ਦਾ ਰੁੱਖ ਤਾਂ ਸਿੱਧੀ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਰਹਾਂਗੇ ਪ੍ਰੋ ਪੰਜਾਬ ਟੀਵੀ ਦੇ ਉੱਪਰ ਬਣੇ ਰਹੋ ਸਾਡੇ ਨਾਲ ਲਗਾਤਾਰ ਤਾਂ ਇਸ ਕਾਫਲੇ ਦੇ ਨਾਲ ਨਾਲ ਅਸੀਂ ਚੱਲ ਰਹੇ ਹਾਂ ਸ਼ੰਭੂ ਬਾਰਡਰ